ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਕੱਲ੍ਹ ਬਹੁਤ ਸਾਰੇ ਦਿਨ ਮਨਾਉਂਦੇ ਹਾਂ, ਡੇ ਸੈਲੀਬ੍ਰੇਟ ਕਰਦੇ ਹਾਂ। ਹੁਣ ਇੱਕ ਅਸੀਂ ਦਿਨ ਮਨਾਇਆ ਹੈਪੀ ਰੋਜ਼ ਡੇ, ਇੱਕ ਅਸੀਂ ਦੋ ਤਿੰਨ ਦਿਨਾਂ ਬਾਅਦ ਹੋਰ ਦਿਨ ਮਨਾਉਣਾ ਹੈ ਵੈਲੰਟਾਈਨ ਡੇ। ਮੈਂ ਇਹ ਦੋ ਦਿਨਾਂ ਬਾਰੇ ਥੋੜ੍ਹੀ ਗੱਲ ਕਰਨੀ ਚਾਹਾਂਗਾ। ਹੈਪੀ ਰੋਜ਼ ਡੇ, ਉਸ ਦਿਨ ਕਿੰਨੇ ਫੁੱਲ ਤੋੜਦੇ ਹਾਂ ਜੀ। ਕਦੇ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ, ਉਹ ਕਹਿੰਦੇ ਡਾਲੀ ਨਾਲੋਂ ਤੋੜ ਨਾ ਸਾਨੂੰ, ਅਸੀਂ ਹੱਟ ਮਹਿਕਦੀ ਲਾਈ। ਫੁੱਲ 'ਤੇ ਕਹਿੰਦਾ ਮੈਨੂੰ ਤੋੜੋ ਨਾ, ਡਾਲੀ ਦੇ ਨਾਲ ਮੈਂ ਮਹਿਕਦੀ ਹੱਟੀ ਪਾਈ ਬੈਠਾ। ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ, ਜੇ ਮੇਰੀ ਹੱਟੀ 'ਤੇ ਲੱਖ ਗਾਹਕ ਆ ਜਾਏ ਤਾਂ ਸੁਗੰਧੀ ਲੈ ਕੇ ਜਾਂਦਾ, ਮੈਂ ਉਹਨੂੰ ਖਾਲੀ ਨਹੀਂ ਜਾਣ ਦਿੰਦਾ। ਔਰ ਫੁੱਲ ਕਹਿੰਦਾ ਜੇ ਤੂੰ ਇੱਕ ਤੋੜ ਕੇ ਲੈ ਗਿਓ, ਇੱਕ ਜੋਗਾ ਰਹਿ ਜਾਸੀ, ਜੇ ਤੂੰ ਮੈਨੂੰ ਤੋੜ ਲਿਆ ਤਾਂ ਮੈਂ ਤੇਰੇ ਇਕੱਲੇ ਜੋਗਾ ਰਹਿ ਜਾਣਾ, ਲੱਖਾਂ ਜੋਗਾ ਨਹੀਂ ਰਹਿਣਾ। ਔਰ ਕਹਿੰਦਾ ਰਹਿਣਾ ਮੈਂ ਤੇਰੇ ਜੋਗਾ ਵੀ ਨਹੀਂ, ਪਰ ਇਹ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਸੀ, ਇੱਕ ਪਲਕ ਅਤੇ ਝਲਕ ਦੇ ਵਿੱਚ ਮੈਂ ਗੁਮਲਾ ਜਾਣਾ, ਮੈਂ ਮੁਰਝਾ ਜਾਣਾ, ਮੈਂ ਤੇਰੇ ਜੋਗਾ ਵੀ ਨਹੀਂ ਰਹਿਣਾ। ਹੁਣ ਫੁੱਲ ਟੁੱਟਦਾ ਅਤੇ ਮੁਰਝਾ ਜਾਂਦਾ ਅਤੇ ਭਾਈ ਵੀਰ ਸਿੰਘ ਨੂੰ ਪੀੜਾ ਹੁੰਦੀ ਹੈ, ਦਿਲ ਵੀ ਫੁੱਲ ਵਰਗਾ ਹੁੰਦਾ, ਜਦੋਂ ਦਿਲ ਟੁੱਟਦਾ ਤਾਂ ਚਿਹਰਾ ਮੁਰਝਾ ਜਾਂਦਾ, ਫਿਰ ਵੀ ਤਾਂ ਭਾਈ ਵੀਰ ਸਿੰਘ ਨੂੰ ਪੀੜਾ ਹੁੰਦੀ ਹੋਏਗੀ ਨਾ। ਫਿਰ ਬੋਲਣ ਤੋਂ ਪਹਿਲਾਂ ਟੋਲਣ ਦੀ ਗੱਲ, ਮੇਰੇ ਬੋਲ ਕਿਸੇ ਨੂੰ ਹਰਟ ਨਾ ਕਰ, ਮੈਂ ਕੁਝ ਕਵਾਂ ਤਾਂ ਸੁਣਨ ਵਾਲਾ ਡਿਪਰੈਸ਼ਨ 'ਚ ਨਾ ਚਲਾ ਜਾਵੇ। ਸ਼ਖਸੀਅਤ ਦਾ ਸੁਨਹਿਰੀ ਗੁਣਵਾਂ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਦੂਜੀ ਗੱਲ ਮੈਂ ਕਰਨੀ ਚਾਹੁੰਦਾ ਵੈਲੰਟਾਈਨ ਡੇ, ਵੈਲੰਟਾਈਨ ਡੇ ਜਿਹੜੀ ਇੱਕ ਮਨਾਉਣ ਦਾ ਜਿਹੜਾ ਹੈ ਰੁਝਾਨ, ਇਹ ਕਾਫੀ ਸਾਡੇ ਭਾਰਤ ਵਿੱਚ, ਸਾਡੇ ਸੂਬਾ ਪੰਜਾਬ ਵਿੱਚ ਵੀ ਇਹ ਵੱਧ ਗਿਆ। 14 ਫਰਵਰੀ ਨੂੰ ਇਹ ਦਿਨ ਮਨਾਇਆ ਜਾਂਦਾ। ਤੁਸੀਂ ਜਾਣਦੇ ਹੋ ਕਿ ਵੈਲੰਟਾਈਨ, ਜਦੋਂ ਵੈਲੰਟਾਈਨ ਡੇ ਹੁੰਦਾ ਹੈ, ਇਸ ਦਿਨ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ 'ਤੇ ਕੁੜੀਆਂ ਦੀ ਮਾਨਸਿਕਤਾ ਨਾਲ ਖਿਲਵਾੜ ਅਤੇ ਧੱਕੇਸ਼ਾਹੀ ਜਿਹੜੇ ਆ ਉਹ ਕਰਦੇ ਆ, ਜਿਹਨੂੰ ਪਿਆਰ ਦਾ ਨਾਮ ਦਿੱਤਾ ਜਾਂਦਾ ਹੈ। ਮੈਂ ਅਜੇ ਤੱਕ ਇਹ ਨਹੀਂ ਸਮਝ ਸਕਿਆ ਕਿ ਘਰ ਬੈਠੇ ਬਜ਼ੁਰਗ ਦਾਦੀ ਦਾਦਾ ਦੀ ਸੇਵਾ ਕਰਨ ਦੀ ਬਜਾਏ ਆਪਣੇ ਮਾਪਿਆਂ ਨਾਲ ਤਮੀਜ਼ ਨਾਲ ਗੱਲ ਨਾ ਕਰੋ ਅਤੇ ਸੜਕਾਂ 'ਤੇ ਚੱਲਦੀਆਂ ਮੁਟਿਆਰਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰੋ, ਧੱਕੇ ਨਾਲ ਉਹਨਾਂ ਵੱਲ ਫੁੱਲ ਛੁੱਟੋ, ਸੜਕਾਂ 'ਤੇ ਚੀਕਾਂ ਮਾਰੋ, ਬਦਤਮੀਜ਼ੀਆਂ ਕਰੋ। ਇਸ ਨੂੰ ਨਾਮ ਦਿਓ ਪਿਆਰ ਦਾ। ਇਹ ਕਿਹੜੇ ਪਿਆਰ ਦੀ ਪਰਿਭਾਸ਼ਾ ਹੈ? ਪਿਆਰ ਕਰਨਾ ਹੈ ਤਾਂ ਇਨਸਾਨੀਅਤ ਨੂੰ ਕਰੋ, ਗਰੀਬ, ਅਨਾਥ, ਮਜਬੂਰ ਅਤੇ ਲੋੜਵੰਦ ਲੋਕਾਂ ਨੂੰ ਕਰੋ। ਘਰ ਬੈਠੀਆਂ ਭੈਣਾਂ ਮਾਪਿਆਂ ਨੂੰ ਪਿਆਰ ਕਰੋ, ਘਰ ਬੈਠੇ ਬਜ਼ੁਰਗ ਦਾਦਾ ਦਾਦੀ ਗ੍ਰੈਂਡ ਫਾਦਰ ਗ੍ਰੈਂਡ ਮਦਰ ਨੂੰ ਪਿਆਰ ਕਰੋ। ਸਭ ਤੋਂ ਜ਼ਰੂਰੀ, ਜੇ ਵਿਆਹੇ ਹੋ ਤਾਂ ਪਤਨੀ ਨੂੰ ਪਿਆਰ ਕਰੋ ਅਤੇ ਉਸ ਪ੍ਰਤੀ ਵਫ਼ਾਦਾਰ ਰਹੋ। ਅਸੀਂ ਪਿਆਰ ਦੇ ਦੁਸ਼ਮਣ ਨਹੀਂ ਹਾਂ, ਪਰ ਪਿਆਰ ਨੂੰ ਸਹੀ ਅਰਥਾਂ ਵਿੱਚ ਡਿਫਾਈਨ ਕਰਕੇ ਜਿਹੜਾ ਹੈ ਇਹ ਅਖੌਤੀ ਪਿਆਰ ਦੇ ਨਾਮ 'ਤੇ ਚੱਲਦੀਆਂ ਬਦਤਮੀਜ਼ੀਆਂ ਤੋਂ ਸੁਚੇਤ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਅਸੀਂ ਪੰਜਾਬੀ ਕਿੰਨੇ ਪਿਆਰ ਵਾਲੇ ਹਾਂ, ਪ੍ਰੋਫੈਸਰ ਪੂਰਨ ਸਿੰਘ ਤੋਂ ਵਧੀਆ ਕੌਣ ਦੱਸ ਸਕਦਾ ਹੈ? ਉਹ ਲਿਖਦੇ ਨੇ, ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ 'ਤੇ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਣ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖੜ ਜਾਣ ਡਾਂਗਾ ਮੋਢੇ 'ਤੇ ਉਲਾਰ ਕੇ। ਪਹਿਲੀ ਤਾਂ ਪੰਜਾਬੀਆਂ ਦੀ ਪਰਸਨੈਲਿਟੀ ਨੂੰ ਦੇਖੋ, ਉਹਨੇ ਕਿੱਦਾਂ ਬਿਆਨ ਕੀਤਾ ਕਿ ਇਹ ਮੌਤ ਤੋਂ ਡਰਦੇ ਨਹੀਂ, ਮੌਤ ਨੂੰ ਮਖੌਲ ਕਰਦੇ ਨੇ, ਇਹ ਬੇਪਰਵਾਹ ਨੇ। ਦੂਜਾ ਸਾਡੀ ਪਰਸਨੈਲਿਟੀ ਦਾ ਗੁਣ ਉਹਨੇ ਲਿਖਿਆ ਕਿ ਇਹ ਪਿਆਰ ਵਾਲੇ ਨੇ, ਇਹਨਾਂ ਨੂੰ ਪਿਆਰ ਕਰਕੇ ਦੇਖੋ, ਇਹ ਜਾਨਾਂ ਵਾਰ ਦਿੰਦੇ ਨੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਣ ਕੋ ਆਪਣੀ ਵਾਰ ਦਿੰਦੇ। ਪਰ ਅਗਲੀ ਗੱਲ 'ਚ ਲਿਖਦੇ ਨੇ ਵੀ ਇਹ ਪਿਆਰ ਵਾਲੇ ਅਣਖ ਵਾਲੇ ਵੀ ਹੈ, ਪਰ ਟੈ ਨਾ ਮੰਨਣ ਕਿਸੇ ਦੀ, ਖੜ ਜਾਣ ਡਾਂਗਾ ਮੋਢੇ 'ਤੇ ਉਲਾਰ ਕੇ। ਜੇ ਪਿਆਰ ਕਰੋਗੇ ਤਾਂ ਪਿਆਰ ਵਾ ਜਾਨਾਂ ਵਾਰ ਦੇਣਗੇ, ਪਰ ਜੇ ਕੋਈ ਇਹਨਾਂ ਦੀ ਅਣਖ ਨੂੰ ਟੁੰਬੇਗਾ
ਕੋਈ ਉਹਨਾਂ ਦੀ ਧੀ ਭੈਣ ਵੱਲ ਕੋਈ ਉਂਗਲ ਕਰੇਗਾ ਤਾਂ ਉਂਗਲ ਵੱਢ ਦੇਣਗੇ, ਅੱਖ ਕਰੇਗਾ ਤਾਂ ਅੱਖ ਕੱਢ ਦੇਣਗੇ। ਇਹ ਡਾਂਗਾ ਮਾਰ ਮਾਰ ਕੇ, ਇਹ ਪਿਆਰ ਵਾਲੇ ਡਾਂਗਾ ਮਾਰ ਮਾਰ ਕੇ ਸਿਰ ਫੇਣਾ ਵੀ ਜਾਣਦੇ ਆ। ਸੋ ਇਹ ਪਿਆਰ, ਅਸੀਂ ਪਿਆਰ ਵਾਲੇ ਹਾਂ ਕਿ ਨਹੀਂ, ਕਿਉਂਕਿ ਜਦੋਂ ਅਸੀਂ ਇਹੋ ਜਿਹੀਆਂ ਰਸਮਾਂ ਤਿਉਹਾਰਾਂ ਦਾ, ਖੋਤੀਆਂ ਦਾ ਵਿਰੋਧ ਕਰਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਕਿ ਅਸੀਂ ਪਿਆਰ ਦੇ ਦੁਸ਼ਮਣ ਹੈ। ਅਸੀਂ ਪਿਆਰ ਦੇ ਦੁਸ਼ਮਣ ਨਹੀਂ ਹੈ, ਅਸੀਂ ਕਹਿੰਦੇ ਹਾਂ ਪਿਆਰ ਨੂੰ ਸਹੀ ਢੰਗ ਨਾਲ ਡਿਫਾਈਨ ਕਰੋ। ਇੱਕ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰਨੀ ਚਾਹੁੰਦਾ। ਕੁਝ ਸਾਲ ਪਹਿਲਾਂ ਮੈਂ ਸਵੇਰੇ ਸੁੱਤਾ ਉੱਠਿਆ ਅਤੇ ਮੇਰੀ ਧਰਮ ਪਤਨੀ ਕਮਲਜੀਤ ਕੌਰ ਜੀ ਚਾਹ ਦਾ ਕੱਪ ਲੈ ਕੇ ਆ ਗਏ ਅਤੇ ਮੈਂ ਨਾਲ ਭਾਈ ਅਖਬਾਰ ਪੜ੍ਹਨ ਲੱਗ ਪਿਆ ਅਤੇ ਇੱਕ ਅਖਬਾਰ ਦੀ ਲੁਧਿਆਣਾ ਡਿਵੀਜ਼ਨ 'ਚ ਇੱਕ ਸੁਰਖੀ ਸੀਗੀ ਕਿ ਹੋਟਲਾਂ, ਪਾਰਕਾਂ, ਜਨਤਕ ਸਥਾਨਾਂ, ਕਿਪਸ ਮਾਰਕੀਟ, ਸਰਾਭਾ ਨਗਰ ਅਤੇ ਹੋਰ ਨਾਜ਼ੁਕ ਥਾਵਾਂ 'ਤੇ ਭਾਰੀ ਪੁਲਿਸ ਤੈਨਾਤ। ਅੱਗੇ ਸੀਗਾ, ਅਗਲੀ ਕੈਪਸ਼ਨ ਛੋਟੀ ਜਿਹੀ ਥੱਲੇ, ਗੁੰਡਾਗਰਦੀ ਅੰਸਰ ਨੂੰ ਨੱਥ ਪਾਉਣ ਲਈ ਪੁਲਿਸ ਪੱਬਾਂ ਭਾਰ, ਸਾਰੇ ਪ੍ਰਬੰਧ ਮੁਕੰਮਲ। ਅਤੇ ਅੱਗੇ ਹਾਈਫਨ ਪਾ ਕੇ ਲਿਖਿਆ ਸੀ ਪੁਲਿਸ ਕਮਿਸ਼ਨਰ। ਮੈਂ ਫਟਾਫਟ ਕਮਲਜੀਤ ਕੌਰ ਨੂੰ ਕਿਹਾ ਕਿ ਆ ਸਕੂਲ ਨਾ ਜਾਇਓ ਬੱਚੇ ਪੜ੍ਹਾਉਣ, ਲੁਧਿਆਣੇ 'ਚ ਲੱਗਦਾ ਅੱਤਵਾਦੀ ਆ ਗਏ ਨੇ। ਉਹ ਕਹਿੰਦੇ ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਜੀ ਅਖਬਾਰ 'ਚ ਦੇਖੋ ਸਾਰਾ ਲੁਧਿਆਣਾ ਸੀਲ ਕਰ ਲਿਆ ਪੁਲਿਸ ਨੇ। ਅਤੇ ਜਦੋਂ ਅੱਗੋਂ ਖਬਰ ਪੜ੍ਹਨੀ ਸ਼ੁਰੂ ਕੀਤੀ ਫਿਰ ਪਤਾ ਲੱਗਿਆ ਕਿ ਅੱਜ ਵੈਲੈਂਟਾਈਨ ਡੇ ਆ ਅਤੇ ਨੱਥ ਕਿਹਨੂੰ ਪਾਉਣ ਵਾਸਤੇ ਕੀਤਾ ਹੋਇਆ। ਹੁਣ ਮੈਨੂੰ ਕੋਈ ਸਮਝਾਓ ਕਿ ਪਿਆਰ ਦਾ ਅਤੇ ਗੁੰਡਾਗਰਦੀ ਦਾ ਕੀ ਸੁਮੇਲ ਆ, ਪਿਆਰ ਦਾ ਅਤੇ ਪੁਲਿਸ ਦਾ ਕੀ ਸੁਮੇਲ ਹੈ? ਜਿੱਥੇ ਪਿਆਰ ਦੀ ਗੱਲ ਆਉਂਦੀ ਆ ਉੱਥੇ ਗੁੰਡਾਗਰਦੀ, ਨਫ਼ਰਤ, ਅਨੈਤਿਕਤਾ ਇਹ ਗੱਲਾਂ ਆ ਹੀ ਨਹੀਂ ਸਕਦੀਆਂ। ਹੁਣ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਸਾਡੀ ਪਰੰਪਰਾ ਕੀ ਹੈ। ਸਾਡੀ ਪਰੰਪਰਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ ਪਰ ਨਾਰੀ ਧੀ ਭੈਣ ਵਿਖਾਣੇ। ਸਾਡੀ ਪਰੰਪਰਾ ਵਾ ਕਿ ਗਜਨੀ ਦੇ ਬਾਜ਼ਾਰਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀ ਮੁਟਿਆਰਾਂ ਨੂੰ ਘਰਾਂ ਵਿੱਚੋਂ ਕੱਢ ਕੇ ਰੱਸਿਆਂ ਨਾਲ ਬੰਨ੍ਹ ਕੇ ਡੰਗਰਾਂ ਵਾਂਗ ਹਿੱਕੇ ਲੈ ਜਾਂਦਾ ਅਤੇ ਗਜਨੀ ਦੇ ਬਾਜ਼ਾਰਾਂ ਵਿੱਚ ਜਾ ਕੇ ਮੰਡੀ ਲਾ ਕੇ ਟਕੇ ਟਕੇ ਨੂੰ ਉਹਨਾਂ ਨੂੰ ਵੇਚਦਾ ਸੀ, ਉਹਨਾਂ ਨੂੰ ਨਿਲਾਮ ਕਰਦਾ ਸੀ। ਔਰ ਜਿਹੜੇ ਇਹ ਪੰਜਾਬੀ ਗੱਭਰੂ ਪਿਆਰ ਵਾਲੇ ਅਤੇ ਅਣਖ ਵਾਲੇ, ਇਹ ਅਣਖ ਦੀ ਵਾਲੇ ਇਹ ਗਜਨੀ ਦੇ ਬਾਜ਼ਾਰਾਂ 'ਚ ਅਬਦਾਲੀ ਦੇ ਦੇਸ਼ ਪਹੁੰਚ ਜਾਂਦੇ। ਰਾਤ ਦੇ 12 ਵਜੇ ਜਦੋਂ ਪਹਿਰੇਦਾਰ ਸ਼ਰਾਬਾਂ ਪੀ ਕੇ ਡਿੱਗੇ ਹੁੰਦੇ ਅਤੇ ਉਹਨਾਂ ਨੂੰ ਕਤਲ ਕਰਦੇ, ਰਾਹ ਪੱਧਰਾ ਹੁੰਦਾ, ਹਿੰਦੁਸਤਾਨੀ ਮੁਟਿਆਰਾਂ ਨੂੰ ਵਾਪਸ ਆਪਣੇ ਦੇਸ਼ ਲੈ ਕੇ ਆਉਂਦੇ ਅਤੇ ਉਹਨਾਂ ਦੇ ਭੈਣ ਕਹਿ ਕੇ ਡਰੈਸ ਪੁੱਛ ਕੇ ਉਹਨਾਂ ਨੂੰ ਘਰ ਘਰ ਛੱਡ ਕੇ ਆਉਂਦੇ। ਇਹ ਤਾਂ ਆਪਣੀ ਨਹੀਂ ਦੂਜਿਆਂ ਦੀ ਇੱਜ਼ਤ ਦੇ ਵੀ ਰਖਵਾਲੇ ਹੈ ਅਤੇ ਦੂਜਿਆਂ ਦੀ ਇੱਜ਼ਤ ਦਾ ਜਿਹੜਾ ਰਖਵਾਲਾ ਜਿਹਦੇ ਹੱਡਾਂ 'ਚ ਇਹ ਰਚਿਆ ਹੋਇਆ, ਔਰ ਉਹ ਅਵਾਰਾਗਰਦ ਕਿੱਦਾਂ ਹੋ ਸਕਦਾ? ਉਹ ਵੈਲੈਂਟਾਈਨ ਡੇ 'ਤੇ ਮੋਟਰਸਾਈਕਲਾਂ 'ਤੇ, ਕਾਰਾਂ 'ਚ, ਸੜਕਾਂ 'ਤੇ ਘੁੰਮ ਕੇ ਕੁੜੀਆਂ ਦੇ ਫੁੱਲ ਕਿੱਦਾਂ ਮਰ ਸਕਦਾ? ਉਹ ਜਿਹੜਾ ਹੈ ਉਹ ਬਦਤਮੀਜ਼ੀਆਂ ਕਿਵੇਂ ਕਰ ਸਕਦਾ? ਉਹ ਕਿਸੇ ਵੱਲ ਬੁਰੀ ਨਜ਼ਰ ਕਿਵੇਂ ਰੱਖ ਸਕਦਾ? ਸੋ ਇਹ ਸੋਚਣ ਵਾਲੀ ਗੱਲ ਹੈ। ਸੋ ਆਓ ਆਪਾਂ ਆਪਣੇ ਵਿਰਸੇ 'ਤੇ ਮਾਣ ਕਰੀਏ। ਰੋਜ਼ ਅਰਦਾਸ ਕਰਦੇ ਹਾਂ ਗੁਰੂ ਦੇ ਚਰਨਾਂ ਦੇ ਵਿੱਚ ਕਿ ਬਿਰਧ ਕੀ ਪਹਿਲ, ਬਿਰਧ ਮੈਨੇ ਟਰੈਡੀਸ਼ਨਸ, ਪਰੰਪਰਾਵਾਂ। ਸਾਡੀਆਂ ਪਰੰਪਰਾਵਾਂ ਕੀ ਆ? ਪਰਾਈ ਇੱਜ਼ਤ ਨੂੰ ਬਚਾਉਣਾ। ਸਾਡੀ ਇਹ ਪਰੰਪਰਾ ਕੀ ਆ? ਖਾਲਸਾ ਸੋਜੋ ਨਿਰਧਨ ਕੋ ਪਾਲਿਆ, ਕਮਜ਼ੋਰ ਨੂੰ ਪਾਲਣਾ। ਅੱਜ ਇਹਦੇ ਉਲਟ ਕੰਮ ਚੱਲ ਰਿਹਾ। ਆਓ ਆਪਾਂ ਆਪਣੇ ਪਰੰਪਰਾਵਾਂ 'ਤੇ ਪਹਿਰਾ ਦਈਏ ਔਰ ਪਿਆਰ ਨੂੰ ਸਹੀ ਅਰਥਾਂ ਵਿੱਚ ਡਿਫਾਈਨ ਕਰੀਏ। ਜਿਹੜੇ ਦਾਦੀ ਦਾਦੇ ਘਰਾਂ 'ਚੋਂ ਬਿਰਧ ਆਸ਼ਰਮਾਂ 'ਚ ਸੁੱਟੇ ਨੇ, ਨਲਾਇਕ ਪੁੱਤਰ ਨੂੰਹਾਂ ਨੇ, ਉਹਨਾਂ ਨੂੰ ਆਪਣੇ ਘਰਾਂ 'ਚ ਲੈ ਕੇ ਆਈਏ। ਅਤੇ ਮਤਲਬ ਆਪਣੇ ਮਾਂ ਪਿਓ ਦਾ ਸਤਿਕਾਰ ਕਰੀਏ, ਉਹਨਾਂ ਦੀ ਗੱਲ ਮੰਨੀਏ। ਉਹ ਮਾਪੇ ਪਹਿਲਾ ਗੁਰੂ ਨੇ, ਪਹਿਲਾ ਟੀਚਰ ਨੇ, ਅਤੇ ਇਹ ਸਤਿਕਾਰ ਵਾਲਾ ਰੁਝਾਨ ਘਟ ਰਿਹਾ। ਅਤੇ ਇਸ ਰੂਪ 'ਚ ਆਪਾਂ ਆਪਸੀ ਅੰਡਰਸਟੈਂਡਿੰਗ ਜਿਹੜੀ ਆਪਣੇ ਪਰਿਵਾਰਾਂ ਨਾਲ, ਰਿਸ਼ਤੇਦਾਰਾਂ ਨਾਲ, ਸਮਾਜ ਨਾਲ, ਦੋਸਤਾਂ ਮਿੱਤਰਾਂ ਨਾਲ ਵਧਾਈਏ। ਸੋ ਇਸ ਰੂਪ 'ਚ ਆਪਾਂ ਪਿਆਰ ਨੂੰ ਪ੍ਰਫੁੱਲਤ ਕਰੀਏ। ਭੁੱਲਣ ਚੁੱਕਾਂ ਦੀ ਮਾਫੀ, ਧੰਨਵਾਦ। ਸਹਿਜ ਪਾਠ ਸੇਵਾ ਸਿੱਖਸ ਹੈਲਪਿੰਗ ਸਿੱਖਸ ਦੇ ਮੁਖੀ ਸਰਦਾਰ ਜਤਿੰਦਰ ਸਿੰਘ ਜੀ ਮੈਲਬੋਰਨ ਆਸਟ੍ਰੇਲੀਆ ਦੀ ਅਗਵਾਈ 'ਚ, ਦਾਸ ਸਤਨਾਮ ਸਿੰਘ ਸੱਲੋਪੁਰੀ, ਸਰਦਾਰ ਰਾਜਪਾਲ ਸਿੰਘ ਜੀ ਅੰਮ੍ਰਿਤਸਰ, ਸਰਦਾਰ ਜਤਿੰਦਰਪਾਲ ਸਿੰਘ ਜੀ ਅੰਮ੍ਰਿਤਸਰ, ਸਰਦਾਰ ਦਿਲਬਾਗ ਸਿੰਘ ਜੀ, ਸਾਡੀ ਸਮੁੱਚੀ ਟੀਮ ਜਿਹੜੀ ਹੈ ਉਹ ਆਪ ਸਾਰਿਆਂ ਨੂੰ ਇਹ
ਸੁਨੇਹਾ ਦੇਣਾ ਚਾਹੁੰਦੀ ਆ ਕਿ ਆਓ ਆਪਾਂ ਸਹਿਜ ਪਾਠ ਨਾਲ ਜੁੜੀਏ, ਫਿਰ ਸਾਡੇ ਕੋਲ ਮਨ ਕਾਬੂ 'ਚ ਰਹੇਗਾ, ਨੈਤਿਕ ਗੁਣ ਆਉਣਗੇ, ਜੀਵਨ ਜਾਂਚ ਮਿਲੇਗੀ ਅਤੇ ਅਸੀਂ ਜਿਹੜੇ ਅਜਿਹੇ ਜਿਹੜੇ ਡੇ ਜਿਹੜੇ ਆ ਇਹ ਆਪਣੇ ਆਪ ਹੀ ਸਾਡਾ ਮਨ ਇਹਨਾਂ ਤੋਂ ਦੂਰ ਜਾਏਗਾ ਅਤੇ ਜੇ ਇਹ ਦਿਨ ਮਨਾਏਗਾ ਤਾਂ ਉਹ ਫਿਰ ਬਾਲ ਬਿਰਧ ਆਸ਼ਰਮ ਜਾ ਕੇ, ਬਾਲ ਭਵਨ ਜਾ ਕੇ, ਗਰੀਬ ਬੱਚਿਆਂ ਨਾਲ, ਨਾਥ ਬੱਚਿਆਂ ਨਾਲ, ਪਿੰਗਲਵਾੜਿਆਂ 'ਚ ਜਾ ਕੇ, ਕੋਹੜੀ ਆਸ਼ਰਮਾਂ 'ਚ ਜਾ ਕੇ ਉਹ ਮਨਾਏਗਾ, ਉਹ ਚੁਫੇਰੇ ਆਪਣਾ ਪਿਆਰ ਵੰਡੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।